ਅਟੈਂਸ਼ਨ ਹੁੰਦੀ ਆ, ਟੈਂਸ਼ਨ ਭਗਵਾਨ ਦੇ ਚਰਨੇ ਵਿੱਚ, ਭਗਵਾਨ ਦੇ ਜਨਮ ਦਿਨ ਦੇ ਸਾਰੀ ਸੰਗਤ ਇਕੱਠੀ ਥੀ ਵੈਂਦੀ ਹੈ, ਖੁਸ਼ੀ ਆਉਂਦੀ ਹੈ, ਆਨੰਦ ਆਉਂਦਾ ਹੈ, ਭਗਵਾਨ ਕੋ ਖੁਸ਼, ਭਗਵਾਨ ਖੁਸ਼ ਹੁੰਦੇ। ਹੁਣ ਐਵੇਂ ਕਰਨਾ ਚਾਹੀਦਾ ਹੈ ਕਿ ਹਮੇਸ਼ਾ ਭਗਵਾਨ ਦੇ ਚਰਨੇ ਦਾ ਧਿਆਨ ਰੱਖੋ, ਇਹਨੀ ਮਨ ਵਿੱਚ ਕਪਟ ਰੱਖ ਕੇ ਕਰੋ ਨਾ, ਮਨ ਸਾਫ਼ ਨਾਲ ਕਰੋ, ਮਨ ਹਿਰਦੇ ਵਿੱਚ ਰੱਖੋ, ਕਹਿੰਦਾ ਵਰਤੋ ਤਾਂ ਮਨ ਸਾਫ਼ ਨਾਲ ਵਰਤੋ, ਕਹਿੰਦੇ ਕੋਈ ਖਵਾਓ ਤਾਂ ਸਾਫ਼ ਸੁਥਰਾ ਖਵਾਓ, ਕਹਿੰਦੇ ਘਰ ਜਾਓ ਤਾਂ ਸਦ ਭਾਵਨਾ ਨਾਲ ਜਾਓ। ਭਗਵਾਨ ਦੂਰ ਨਹੀਂ ਹੈ, ਭਗਵਾਨ ਦੂਰ ਨਹੀਂ ਹੈ, ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਕਿਹਾ ਜਾਂਦਾ ਕਿ ਰੱਬ ਨੇ ਦੋ ਚੀਜ਼ਾਂ ਬਣਾਈਆਂ ਸੀ, ਇੱਕ ਤਰਫ ਪੈਸਾ ਬਣਾਇਆ, ਇੱਕ ਤਰਫ ਇਨਸਾਨ ਬਣਾਏ। ਇਨਸਾਨ ਬਣਾਏ ਆਪਸ 'ਚ ਪਿਆਰ ਕਰਨ ਦੇ ਲਈ, ਪੈਸਾ ਵਰਤਣ ਦੇ ਲਈ ਬਣਾਇਆ। ਅੱਜ ਕੱਲ੍ਹ ਲੋਕ ਲੋਕਾਂ ਨੂੰ ਵਰਤੀ ਜਾਂਦੇ ਆ, ਪੈਸੇ ਨੂੰ ਪਿਆਰ ਕਰੀ ਜਾਂਦੇ ਆ, ਬੜਾ ਝੂਠ ਫਰੇਬ ਗੁੱਸਾ ਨਫ਼ਰਤ ਕਾਫੀ ਪੈਦਾ ਹੋ ਗਿਆ ਤਾਂ ਖੁਸ਼ੀ ਆ ਜਾਂਦੀ ਹੈ, ਨਾ ਮਿਲਿਆ ਤਾਂ ਕ੍ਰੋਧ ਹੋ ਗਿਆ, ਹਾਂ ਮਿਲ ਗਿਆ ਤਾਂ ਲੋਭ ਹੋ ਗਿਆ, ਫਿਰ ਅੱਗੋਂ ਕਾਮਨਾ ਵੱਧ ਗਈ। ਨਹੀਂ ਕਰਨਾ ਚਾਹੀਦਾ, ਕਾਮਨਾ ਨਹੀਂ ਵਧਾਉਣੀ ਚਾਹੀਦੀ, ਲੋਭ ਨਹੀਂ ਵਧਾਉਣਾ ਚਾਹੀਦਾ। ਇਹ ਨਹੀਂ ਸੋਨੇ ਚਾਹੁੰਦੇ ਪਿੱਛੋਂ ਲੋਭ ਕਰੋ, ਕਿਸੇ ਨਾਲ ਪਿਆਰ ਕਰੋ, ਨਾ ਪਿਆਰ ਕਰੋ ਸੱਚੇ ਮਨ, ਸੱਚੇ ਮਨ ਨਾਲ ਕਰੋ ਪਿਆਰ, ਸੁਣੀ ਔਰ ਸ਼ਾਂਤੀ ਨਾਲ ਰਹੋ, ਸ਼ਾਂਤੀ। ਅਸਾਂ ਜਿੰਨਾ ਪੈਸਾ ਹੋਵੇ, ਜਿੰਨੀ ਦੌਲਤ ਹੋਵੇ, ਚਾਹੇ ਕੁਝ ਕਰੋੜਾਂ ਪੱਤੀ ਹੋਵੇ, ਪਰ ਮਨ ਵਿੱਚ ਸ਼ਾਂਤੀ ਨਹੀਂ, ਸ਼ਾਂਤੀ ਨਹੀਂ ਆਉਂਦੀ। ਜਦ ਜਿਹੜਾ ਦੋ ਰੋਟੀਆਂ ਖਾ ਪਾਵੇ, ਮਨ ਵਿੱਚ ਸ਼ਾਂਤੀ ਹੈ, ਉਹ ਸਮਝੋ ਭਗਤੀ ਦੀ ਔਰ ਵੱਧ ਰਿਹਾ ਹੈ। ਸਤਿ ਸ਼੍ਰੀ ਅਕਾਲ, ਇਸ ਸਮੇਂ ਚੰਡੀਗੜ੍ਹ ਤੋਂ ਤਸਵੀਰਾਂ ਦਿਖਾ ਰਿਹਾ, ਔਰ ਜਨਮਾਸ਼ਟਮੀ ਦੀ ਧੂਮ ਪੂਰੀ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਔਰ ਹਰ ਇੱਕ ਮੰਦਰ ਜਿਹੜੇ ਨੇ ਸਜਾਏ ਗਏ ਨੇ, ਔਰ ਸ਼ਰਧਾਲੂ ਵੀ ਕਾਫੀ ਅੱਜ ਖੁਸ਼ ਨੇ। ਮਾਤਾ ਜੀ ਸਾਡੇ ਨਾਲ ਨੇ, ਗੱਲ ਕਰ ਲੈਂਦੇ ਹਾਂ। ਮਾਤਾ ਜੀ ਜੈ ਸ਼੍ਰੀ ਕ੍ਰਿਸ਼ਨ। ਜੈ ਸ਼੍ਰੀ ਕ੍ਰਿਸ਼ਨ। ਜਨਮ ਅਸ਼ਟਮੀ ਭਗਵਾਨ ਦੇ ਜਨਮ ਦਿਨ ਦੀ ਮਨਾਈ ਜਾਂਦੀ ਹੈ, ਇਹਦੀ ਯਾਦਗਾਰੀ ਵਿੱਚ ਹੋਇਆ ਤਾਂ ਉਹਨਾਂ ਦਾ ਬਹੁਤ ਟਾਈਮ ਪਹਿਲੇ ਆਏ, ਪਰ ਉਹਨਾਂ ਦੀ ਯਾਦਗਾਰੀ ਵਿੱਚ ਸੰਗਤ ਆ ਜਾਂਦੀ ਹੈ, ਕੀਰਤਨ ਕਰਦੇ ਨੇ, ਭਗਵਾਨ ਨੂੰ ਬਹੁਤ ਅੱਛਾ ਲੱਗਦਾ ਹੈ, ਔਰ ਮੰਨਣਾ ਚਾਹੀਦਾ ਹੈ ਭਗਵਾਨ ਨੂੰ, ਯਾਦ ਕਰਨਾ ਚਾਹੀਦਾ ਹੈ ਭਗਵਾਨ ਦੇ ਰੰਗ ਰੂਪ ਦਾ ਦਰਸ਼ਨ ਕਰੋ, ਔਰ ਉਹਦੇ ਚਰਨੇ ਦਾ ਧਿਆਨ ਕਰੋ, ਉਹਦੀ ਲੀਲਾ ਦਾ ਗੁਣਗਾਨ ਕਰੋ, ਉਹਦੀ ਕਥਾ ਸੁਣੋ, ਤਾਂ ਇਹ ਆਨੰਦ ਆਉਂਦਾ ਹੈ। ਸੰਸਾਰ ਦੇ ਮਹੀਨੇ ਵਿੱਚ ਆਨੰਦ ਨਹੀਂ ਆਏ, ਅਟੈਂਸ਼ਨ ਹੁੰਦੀ ਆ, ਟੈਂਸ਼ਨ ਭਗਵਾਨ ਦੇ ਚਰਨੇ ਵਿੱਚ, ਭਗਵਾਨ ਦੇ ਜਨਮ ਦਿਨ ਦੇ ਸਾਰੀ ਸੰਗਤ ਇਕੱਠੀ ਥੀ ਵੈਂਦੀ ਹੈ, ਖੁਸ਼ੀ ਆਉਂਦੀ ਹੈ, ਆਨੰਦ ਆਉਂਦਾ ਹੈ, ਭਗਵਾਨ ਕੋ ਖੁਸ਼, ਭਗਵਾਨ ਖੁਸ਼ ਹੁੰਦੇ। ਹੁਣ ਐਵੇਂ ਕਰਨਾ ਚਾਹੀਦਾ ਹੈ ਕਿ ਹਮੇਸ਼ਾ ਭਗਵਾਨ ਦੇ ਚਰਨੇ ਦਾ ਧਿਆਨ ਰੱਖੋ, ਇਹਨੀ ਮਨ ਵਿੱਚ ਕਪਟ ਰੱਖ ਕੇ ਕਰੋ ਨਾ, ਮਨ ਸਾਫ਼ ਨਾਲ ਕਰੋ, ਮਨ ਹਿਰਦੇ ਵਿੱਚ ਰੱਖੋ, ਕਹਿੰਦਾ ਵਰਤੋ ਤਾਂ ਮਨ ਸਾਫ਼ ਨਾਲ ਵਰਤੋ, ਕਹਿੰਦੇ ਕੋਈ ਖਵਾਓ ਤਾਂ ਸਾਫ਼ ਸੁਥਰਾ ਖਵਾਓ, ਕਹਿੰਦੇ ਘਰ ਜਾਓ ਤਾਂ ਸਦ ਭਾਵਨਾ ਨਾਲ ਜਾਓ, ਭਗਵਾਨ ਦਾ ਦਰਸ਼ਨ ਕਰੋ, ਭਗਵਾਨ ਦਾ ਸੰਗਤ ਕਰੋ, ਅੰਤ ਵਿੱਚ ਇਹੀ ਹੈ, ਅੰਤ ਵਿੱਚ ਇਹੀ ਹੈ, ਆਖਿਰ ਵਿੱਚ ਇਹੀ ਭਗਵਾਨ ਦਾ ਨਾਂ। ਭਗਵਾਨ ਨੇ ਜਨਮ ਦਿੱਤਾ ਹੈ ਸਾਨੂੰ, ਇੰਨਾ ਜਨਮ ਦਿੱਤਾ ਹੈ, ਸੋਹਣਾ ਜਨਮ ਦਿੱਤਾ ਹੈ, ਸੋਹਣਾ ਸੇਕੂ ਰੂਪ ਦਿੱਤਾ ਹੈ, ਸੋਹਣਾ ਸੇਕੂ ਉਹ ਦਿੱਤਾ ਹੈ,
ਅਸਾਂ ਫਿਰ ਬਦੋਂ ਸੰਸਾਰ ਦੇ ਲੋਕਾਂ ਵਿੱਚ ਫਸ ਜਾਂਦੂ, ਉਹਦੇ ਵਿੱਚ ਕੋਈ ਆਨੰਦ ਨਹੀਂ ਹੈ, ਸਿਰਫ ਦੇਣੇ ਲੈਣੇ ਦੇ ਸੰਬੰਧ ਹੈ, ਹੋਰ ਕੁਛ ਵੀ ਨਹੀਂ ਹੈ ਸੰਸਾਰ ਵਿੱਚ। ਜੋ ਕੁਛ ਹੈ ਭਗਵਾਨ ਤੇਰੇ ਚਰਨੇ ਵਿੱਚ ਸਰਵ ਮੰਗਲ ਸਭ ਕੁਛ ਹੈ, ਸਭ ਕੁਛ ਹੈ, ਤੇਰੇ ਕੋਲ ਕੋਈ ਕਮੀ ਨਹੀਂ ਹੈ। ਬਸ ਸ਼ਾਂਤੀ ਦਾ ਦਾਨ ਦੇ, ਭਗਤੀ ਦਾ ਦਾਨ ਦੇ, ਸੇਵਾ ਦਾ ਦਾਨ ਦੇ, ਗਿਆਨ ਦਾ ਪ੍ਰਕਾਸ਼ ਕਰ, ਗਿਆਨ ਦੀ ਜੋਤੀ ਜਾ ਕੇ ਕਥਾ ਸੁਣਾ, ਉਹ ਮੇਰੇ ਕੋਲ ਯਾਦ ਰਹਿ ਵਜੇ। ਬਸ ਇੰਨਾ ਕੁਛ ਕਰਨਾ ਚਾਹੀਦਾ ਹੈ, ਔਰ ਹਰ ਵੇਲੇ ਭਗਵਾਨ ਨੂੰ ਸਿਮਰਨ ਕਰਨਾ ਚਾਹੀਦਾ ਹੈ। ਕਰੋ, ਬਿਜਨਸ ਕਰਨ, ਜੋ ਮਰਜ਼ੀ ਕਰਨ, ਭਗਵਾਨ ਨੂੰ ਨਹੀਂ ਵਿਸਾਰਨਾ ਚਾਹੀਦਾ। ਭਗਵਾਨ ਕੋ ਹਮੇਸ਼ਾ ਯਾਦ ਰੱਖੋ, ਇਮਾਨਦਾਰੀ ਨਾਲ ਕਰੋ, ਇਮਾਨਦਾਰੀ ਨਾਲ ਕਰੋ। ਜਨਾਨੀਆਂ ਨੂੰ ਤਾਂ ਖਾਸ ਕਰ ਮਨ ਵਿੱਚ ਕਪਟ ਕਰਕੇ ਨਹੀਂ ਵਿਵਹਾਰ ਕਰਨਾ ਚਾਹੀਦਾ। ਸ਼ਾਂਤੀ ਨਾਲ ਕਰੋ, ਗਿਆਨ ਨਾਲ ਕਰੋ। ਗਿਆਨ ਹੈ, ਇੰਨੇ ਨਾਲ ਟਾਈਮ ਹੋ ਗਏ ਆਉਂਦੇ, ਮਨ ਦਾ ਕਮ ਸੇ ਕਮ ਦੁਆਇਸ਼ ਤਾਂ ਦੂਰ ਕਰੋ, ਮਨ ਦੀ ਭਾਵਨਾ, ਗਲਤ ਭਾਵਨਾ ਤਾਂ ਦੂਰ ਕਰੋ। ਭਗਵਾਨ ਦਾ ਜੋ ਹੈ ਤੈਨੂੰ ਦਿੱਤਾ ਹੈ ਮਨ ਵਿੱਚ, ਹਮੇਸ਼ਾ ਸਾਡੇ ਨਾਲ ਹੈ ਭਗਵਾਨ, ਦੂਰ ਨਹੀਂ ਹੈ, ਦੂਰ ਨਹੀਂ ਹੈ, ਭਗਵਾਨ ਨਾਲ ਹੈ, ਹਮੇਸ਼ਾ ਸਾਡੇ ਮਨ ਵਿੱਚ ਅੰਦਰ ਹੈ। ਪਰ ਸਾਡਾ ਦੇਖਣ ਵਾਲੀ ਅੱਖ ਜਿਹੜੀ ਉਹ ਸੰਸਾਰ ਕੋ ਦੇਖਦੀ ਹੈ, ਭਗਵਾਨ ਕੋ ਨਹੀਂ ਦੇਖਦੀ। ਬਸ ਉਹ ਕਰ ਬੈਠਾ, ਬਸ ਭਲਾ ਤੂੰ ਨਹੀਂ ਕਰਨਾ ਚਾਹੀਦਾ। ਭਗਵਾਨ ਕੋ ਸੱਚੇ ਦਿਲ ਨਾਲ ਪੁਕਾਰਨਾ ਚਾਹੀਦਾ ਹੈ। ਭਗਵਾਨ ਦੂਰ ਨਹੀਂ ਹੈ, ਭਗਵਾਨ ਦੂਰ ਨਹੀਂ ਹੈ। ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਕਿਹਾ ਜਾਂਦਾ ਹੈ ਕਿ ਰੱਬ ਨੇ ਦੋ ਚੀਜ਼ਾਂ ਬਣਾਈਆਂ ਸੀ, ਇੱਕ ਤਰਫ ਪੈਸਾ ਬਣਾਇਆ, ਇੱਕ ਤਰਫ ਇਨਸਾਨ ਬਣਾਏ। ਇਨਸਾਨ ਬਣਾਏ ਆਪਸ 'ਚ ਪਿਆਰ ਕਰਨ ਦੇ ਲਈ, ਪੈਸਾ ਵਰਤਣ ਦੇ ਲਈ ਬਣਾਇਆ। ਅੱਜ ਕੱਲ੍ਹ ਲੋਕ ਲੋਕਾਂ ਨੂੰ ਵਰਤੀ ਜਾਂਦੇ ਆ, ਪੈਸੇ ਨੂੰ ਪਿਆਰ ਕਰੀ ਜਾਂਦੇ ਆ, ਬੜਾ ਝੂਠ ਫਰੇਬ ਗੁੱਸਾ ਨਫ਼ਰਤ ਕਾਫੀ ਪੈਦਾ ਹੋ ਗਿਆ, ਤਾਂ ਖੁਸ਼ੀ ਆ ਜਾਂਦੀ ਹੈ, ਨਾ ਮਿਲਿਆ ਤਾਂ ਕ੍ਰੋਧ ਹੋ ਗਿਆ, ਹਾਂ ਮਿਲ ਗਿਆ ਤਾਂ ਲੋਭ ਹੋ ਗਿਆ, ਫਿਰ ਅੱਗੋਂ ਕਾਮਨਾ ਵੱਧ ਗਈ। ਨਹੀਂ ਕਰਨਾ ਚਾਹੀਦਾ, ਕਾਮਨਾ ਨਹੀਂ ਵਧਾਉਣੀ ਚਾਹੀਦੀ, ਲੋਭ ਨਹੀਂ ਵਧਾਉਣਾ ਚਾਹੀਦਾ। ਇਹ ਨਹੀਂ ਸੋਨੇ ਚਾਹੁੰਦੇ ਪਿੱਛੋਂ ਲੋਭ ਕਰੋ, ਕਿਸੇ ਨਾਲ ਪਿਆਰ ਕਰੋ, ਨਾ ਪਿਆਰ ਕਰੋ ਸੱਚੇ ਮਨ, ਸੱਚੇ ਮਨ ਨਾਲ ਕਰੋ ਪਿਆਰ, ਸੁਣੀ, ਔਰ ਸ਼ਾਂਤੀ ਨਾਲ ਰਹੋ। ਸ਼ਾਂਤੀ, ਅਸਾਂ ਜਿੰਨਾ ਪੈਸਾ ਹੋਵੇ, ਜਿੰਨੀ ਦੌਲਤ ਹੋਵੇ, ਚਾਹੇ ਕੁਝ ਕਰੋੜਾਂ ਪੱਤੀ ਹੋਵੇ, ਪਰ ਮਨ ਵਿੱਚ ਸ਼ਾਂਤੀ ਨਹੀਂ, ਸ਼ਾਂਤੀ ਨਹੀਂ ਆਉਂਦੀ। ਜਦ ਜਿਹੜਾ ਦੋ ਰੋਟੀਆਂ ਖਾ ਪਾਵੇ, ਮਨ ਵਿੱਚ ਸ਼ਾਂਤੀ ਹੈ, ਉਹ ਸਮਝੋ ਭਗਤੀ ਦੀ ਔਰ ਵੱਧ ਰਿਹਾ ਹੈ। ਬਸ ਧੰਨਵਾਦ। ਮਾਤਾ ਜੀ, ਉਮਰ ਕਿੰਨੀ ਹੋ ਗਈ ਤੁਹਾਡੀ? 86 years. ਜਨਮਾਸ਼ਟਮੀ ਦੇ ਮੌਕੇ ਇੱਧਰ ਪਹੁੰਚਿਓ, ਇਹ ਸਾਰਾ ਦੇਖ ਰਹੇ ਹੋ ਮਾਹੌਲ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਆਨੰਦ ਆ ਰਿਹਾ, ਬਹੁਤ ਖੁਸ਼ੀ ਹੋ ਰਹੀ ਹੈ, ਆਨੰਦ ਆ ਰਿਹਾ। ਘਰ ਵਿੱਚ ਕਿਆ, ਜੇਲ੍ਹ ਵਿੱਚ ਪੈ ਰਹਿੰਦੀਆਂ, ਕਹਿੰਦਾ ਕੋਈ ਨਹੀਂ ਆ ਵਾ ਧਿਆਨ ਆ ਗਿਆ, ਕਹਿੰਦਾ ਧਿਆਨ ਆ ਗਿਆ, ਕਹਿੰਦਾ ਧਿਆਨ। ਪਰ ਭਗਵਾਨ ਦੇ ਚਰਨੇ ਵਿੱਚ ਧਿਆਨ ਰੱਖੋ ਤਾਂ ਫਿਰ ਮਨ ਸ਼ਾਂਤ ਹੈ। ਤਾਂ ਬਾਹਰ ਦੇ ਸੰਸਾਰ ਦੇ ਲੋਕਾਂ ਵਿੱਚ ਪਿਆਰ ਕਰੋ ਤਾਂ ਅਸ਼ਾਂਤ ਹੈ, ਸ਼ਾਂਤ ਨਹੀਂ ਹੈ। ਅਟੈਂਸ਼ਨ, ਤੇਰੀ ਗੱਲ ਸੁਣ, ਇਹਦੀ ਗੱਲ ਸੁਣ, ਉਹਦੀ ਗੱਲ ਸੁਣ, ਉਹਦੀ ਗੱਲ ਸੁਣ, ਦਿਮਾਗ 'ਚ ਅਟੈਂਸ਼ਨ ਹੋ ਜਾਂਦੀ ਹੈ। ਨਹੀਂ, ਬਸ ਭਗਵਾਨ ਦੇ ਚਰਨੇ ਵਿੱਚ ਧਿਆਨ ਰੱਖੋ, ਸ਼ਾਂਤੀ ਦਾ ਦਾਨ ਮਿਲੇ। ਬਸ ਹੁਣ ਤਾਂ ਮੇਰੇ ਕੋਲ ਭਗਵਾਨ ਸ਼ਾਂਤੀ ਨਾਲ ਆਪਣਾ ਬੇਕੁੰਠ ਲੈ ਜਾਵੇ, ਬਸ। ਹਰੀ ਬੋਲ। ਮਾਤਾ ਜੀ ਇੱਧਰ ਪਹੁੰਚੇ ਨੇ, ਔਰ 86 ਈਅਰਸ ਦੇ ਮਾਤਾ ਜੀ ਨੇ, ਔਰ
ਬਿਲਕੁਲ ਗੱਲਬਾਤ ਕੀਤੀ ਹੈ ਮਾਤਾ ਜੀ ਦੇ ਨਾਲ। ਮਾਤਾ ਜੀ ਇੱਧਰ ਪਹੁੰਚੇ ਨੇ ਚੰਡੀਗੜ੍ਹ ਦੇ ਇਸਕੌਨ ਮੰਦਿਰ ਦੇ ਵਿੱਚ ਜਨਮਾਸ਼ਟਮੀ ਦੇ ਮੌਕੇ, ਸਾਰੀ ਗੱਲਬਾਤ ਕੀਤੀ ਹੈ। ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਜਸ਼ਨ ਦੇ ਨਾਲ ਮਾਈ ਪੰਜਾਬੀ ਟੀ ਵੀ ਚੰਡੀਗੜ੍ਹ।